ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਕਿ ਹੁਣ ਜਿਹੜਾ ਮੌਸਮ ਚੱਲ ਰਿਹਾ ਹੈ ਹੁਣ ਜਿਹੜਾ ਮਹੀਨਾ ਚੱਲ ਰਿਹਾ ਹੈ ਫਰਵਰੀ ਦਾ ਕਿ ਆਪਾਂ ਹੁਣ ਕਿਹੜੀਆਂ-ਕਿਹੜੀਆਂ ਸਬਜ਼ੀਆਂ ਦੀ ਬਿਜਾਈ ਕਰ ਸਕਦੇ ਹਾਂ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਫਾਰਮਰ ਹੈ ਕੁਝ ਫਾਰਮਰ ਆ ਜਿਹੜੇ ਕਮਰਸ਼ੀਅਲ ਤੌਰ ਤੇ ਮਤਲਬ ਕਿ ਵਪਾਰਕ ਤੌਰ ਤੇ ਜੜੀਆਂ ਸਬਜ਼ੀਆਂ ਦੀ ਬਿਜਾਈ ਕਰਦੇ ਆ ਕੁਝ ਫਾਰਮਰ ਆ ਜਿਹੜੇ ਘਰ ਜੋਗੀ ਜਿਹੜੀ ਸਬਜ਼ੀਆਂ ਲਾਉਂਦੇ ਆ ਮੌਸਮੀ ਸਬਜ਼ੀਆਂ ਘਰ ਜੋਗੀਆਂ ਜਿਹੜਾ ਹੈਗਾ ਕਿਸਾਨ ਵੀਰ ਜ਼ਰੂਰ ਬੀਜਦੇ ਹੈਗੇ ਆ ਸੋ ਇਸ ਵੀਡੀਓ ਚ ਜਿਹੜੀਆਂ ਅਪਾ ਜਨਵਰੀ ਤਾਂ ਜਿਹੜਾ ਮਹੀਨਾ ਲੰਘ ਚੁੱਕਿਆ ਫਰਵਰੀ ਮਾਰਚ ਦੇ ਬੱਚਾ ਆਪਾਂ ਜੜੀਆਂ ਹੈਗੀਆਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਦੀ ਬਿਜਾਈ ਕਰ ਸਕਦੇ ਆ ਉਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਸੋ ਜਿਹੜੇ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਵਾਲਾ ਬਟਨ ਦਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤਾਈ ਪਹੁੰਚਦੀ ਰਹੇ ਕਿਰਪਾ ਕਰਕੇ ਵੀਡੀਓ ਪੂਰੀ ਸੁਣ ਲਿਓ ਤੇ ਵੱਧ ਤੋਂ ਵੱਧ ਜਿਹੜੇ ਹੈਗੇ ਆ ਕਿਸਾਨ ਵੀਰ ਚਾਹੇ ਉਹ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਆ ਜਾਂ ਜਿਹੜੇ ਘਰ ਜੋਗੀ ਸਬਜ਼ੀ ਦੀ ਬਿਜਾਈ ਕਰਦੇ ਆ ਵੱਧ ਤੋਂ ਵੱਧ ਕਿਸਾਨ ਵੀਰਾਂ ਤਾਈ ਜਿਹੜੀ ਵੀਡੀਓ ਕਿਰਪਾ ਕਰਕੇ ਪਹੁੰਚਾਓ ਸੋ ਕਿਸਾਨ ਵੀਰੋ ਇੱਕ ਇੱਕ ਕਰਕੇ ਤੁਹਾਨੂੰ ਮੈਂ ਜਿਹੜੀਆਂ ਸਬਜ਼ੀਆਂ ਦੇ ਨਾਮ ਲਵਾਂਗਾ ਸਭ ਤੋਂ ਪਹਿਲਾਂ ਹੈ ਛੱਪਣ ਕੱਦੂ ਦੀ ਸਬਜ਼ੀ ਹੈ ਜਿਹੜੀ ਛੱਪਣ ਕੱਦੂ ਦੀ ਬਿਜਾਈ ਆਪਾਂ ਕਿਸਾਨ ਵੀਰੋ 1 ਅਧ ਜਨਵਰੀ ਤੋਂ ਲੈ ਕੇ ਮਾਰਚ ਮਹੀਨੇ ਤੱਕ ਇਹਦੀ ਜਿਹੜੀ ਬਿਜਾਈ ਕਰ ਸਕਦੇ ਹੈਗੇ ਆ ਜਿਹਨੂੰ ਆਪਾਂ ਸਮਰ स्क्वैਸ਼ ਵੀ ਕਹਿ ਦਿੰਦੇ ਆ ਫਾਰਮਰ ਸੋ ਇਸ ਤੋਂ ਅੱਗੇ ਹੈ ਹਲਵਾ ਕੱਦੂ ਹਲਵਾ ਕੱਦੂ ਜਿਹੜਾ ਹੈਗਾ ਫਰਵਰੀ ਤੋਂ ਮਾਰਚ ਦੇ ਮਹੀਨੇ ਇਹਦੀ ਆਪਾਂ ਬਿਜਾਈ ਕਰ ਦਿੰਨੇ ਆ ਆਮ ਤੌਰ ਤੇ ਜਿਹੜਾ ਆਪਾਂ ਇਹਨੂੰ ਪੇਠਾ ਕਹਿ ਦਿੰਦੇ ਆ ਪਰ ਇਹ ਪੇਠਾ ਨਹੀਂ ਹੈਗਾ ਪੇਠਾ ਹੋਰ ਸਬਜ਼ੀ ਹੈ ਇਹ ਹਲਵਾ ਕੱਦੂ ਹੁੰਦਾ ਹੈਗਾ ਤੇ ਇਹਦੀ ਆਪਾਂ ਬਜਾਈ ਫਰਵਰੀ ਮਾਰਚ ਦੇ ਮਹੀਨੇ ਕਰਕੇ ਤੇ ਜਿਹੜਾ ਹੈਗਾ ਇਹ ਤੋਂ ਜਿਹੜਾ ਹੈਗਾ ਚੰਗਾ ਝਾੜ ਲੈ ਸਕਦੇ ਆ ਇਦੋਂ ਅੱਗੇ ਹੈ ਕਿਸਾਨ ਵੀਰੋ ਕੀ ਆ ਕਦੋਂ ਇਹਦੀ ਬਜਾਈ ਵੀ ਆਪਾਂ ਫਰਵਰੀ ਮਾਰਚ ਦੇ ਮਹੀਨੇ ਕਰ ਸਕਦੇ ਹੈਗੇ ਆ ਅ ਇਹਨੂੰ ਆਪਾਂ ਜਿਹੜੇ ਕਿਸਾਨ ਵੀਰ ਹੈ ਆਮ ਤੌਰ ਤੇ ਆਪਾਂ ਪੱਲਾ ਜੀ ਨੂੰ ਕਹਿ ਦਿੰਦੇ ਹੈ ਉਹ ਕੀਆ ਕੱਦੂ ਹੁੰਦਾ ਹੈ ਬੋਟਲ ਗਾਰਡ ਨੂੰ ਕਹਿੰਦੇ ਆ ਫਿਰ ਹੈ ਕਿਸਾਨ ਵੀਰੋ ਕਰੇਲਾ ਕਰੇਲੇ ਦੀ ਬਿਜਾਈ ਵੀ ਆਪਾਂ ਫਰਵਰੀ ਮਾਰਚ ਦੇ ਮਹੀਨੇ ਕਰ ਸਕਦੇ ਆ ਤੇ ਆਮ ਤੌਰ ਤੇ ਐਵਰੇਜ ਇਹਦੀਆਂ ਜਿਹੜੀਆਂ ਜੰਨੀਆਂ ਵੀ ਕਿਸਮਾਂ ਹੁੰਦੀਆਂ ਨੇ ਐਵਰੇਜ ਮੈਂ ਤੁਹਾਨੂੰ ਦੱਸ ਰਿਹਾ ਕੋਈ ਕਿਸਮ ਵੱਧ ਸਮਾਂ ਲੈਂਦੀ ਕੋਈ ਘੱਟ ਲੈਂਦੀ ਹੈ 60 65 ਦਿਨ ਦੇ ਵਿੱਚ ਜਿਹੜਾ ਹੈ ਕਰੇਲੇ ਦੀ ਫਸਲ ਆਮ ਤੌਰ ਤੇ ਤੜਾਈ ਵਾਸਤੇ ਪਹਿਲੀ ਤੜਾਈ ਵਾਸਤੇ ਤਿਆਰ ਹੋ ਜਾਂਦੀ ਹੈ ਇਦੋਂ ਅਗੇ ਹੈ ਕਿਸਾਨ ਵੀਰੋ ਕਾਲੀ ਤੋਰੀ ਕੁਝ ਕਿਸਾਨ ਵੀਰ ਨੂੰ ਜਿਹੜੇ ਹੈਗੇ ਰਾਮਤੋਰੀ ਦੇ ਨਾਂ ਤੇ ਵੀ ਜਾਣਦੇ ਜਾਂ ਪਤੋਰੀ ਕਹਿ ਦਿੰਨੇ ਆ ਇਹਦੀ ਬਿਜਾਈ ਵੀ ਆਪਾਂ 1 ਫਰਵਰੀ ਤੋਂ ਮਾਰਚ ਦੇ ਮਹੀਨੇ ਤੱਕ ਕਰ ਸਕਦੇ ਆ ਮਾਰਚ ਦਾ ਸਾਰਾ ਮਹੀਨਾ ਹੀ ਆਪਾਂ ਇਹਦੀ ਬਿਜਾਈ ਕਰ ਸਕਦੇ ਹੈਗੇ ਆ ਤੇ ਐਵਰੇਜ ਜਿਹੜੇ ਹੈਗੇ 60 ਦਿਨ ਬਾਅਦ ਤਕਰੀਬਨ ਇਹਦੀਆਂ ਜਿੰਨੀਆਂ ਕਿਸਮਾਂ ਨੇ ਉਹ ਜਿਹੜੀਆਂ ਤੜਾਈ ਪਹਿਲੀ ਤੜਾਈ ਵਾਸਤੇ ਤਿਆਰ ਹੋ ਜਾਂਦੀਆਂ ਇਹ ਜਿਹੜੀ ਤੜਾਈ ਦੀ ਦਿਨ ਤੁਹਾਡੇ ਨਾਲ ਮੈਂ ਜੇ ਸਾਂਝੇ ਕਰ ਰਿਹਾ ਆ ਇਹ ਐਵਰੇਜ ਆ ਵੱਧ ਵੀ ਹੋ ਸਕਦੇ ਘੱਟ ਵੀ ਹੋ ਸਕਦੇ ਇਤੋਂ ਅੱਗੇ ਹੈ ਕਿਸਾਨ ਵੀਰ ਉਹ ਪੇਠਾ ਆ ਜਿਹੜੀ ਫੋਟੋ ਦੇ ਵਿੱਚ ਤੁਹਾਨੂੰ ਮੈਂ ਦਿਖਾਇਆ ਇਹ ਪੇਠੇ ਦੀ ਜਿਹੜੀ ਹੈਗੀ ਆ ਫਸਲ ਹੈ ਇਹਦੀ ਬਿਜਾਈ ਵੀ ਆਪਾਂ ਫਰਵਰੀ ਮਾਰਚ ਦੇ ਮਹੀਨੇ ਹੀ ਕਰ ਸਕਦੇ ਆ ਤੇ ਇਹ ਪੱਕਣ ਦੇ ਵਾਸਤੇ ਜਿਹੜੀ ਇਹ ਫਸਲ ਹੈ 140 ਤੋਂ 145 ਦਿਨ ਦਾ ਸਮਾਂ ਲੈਂਦੀ ਹੈਗੀ ਹੈ ਇਸ ਤੋਂ ਅਗੇ ਕਿਸਾਨ ਵੀਰੋ ਖੀਰੇ ਦੀ ਬਿਜਾਈ ਵੀ ਆਪਾਂ ਫਰਵਰੀ ਮਾਰਚ ਦੇ ਮਹੀਨੇ ਹੀ ਕਰ ਸਕਦੇ ਆ ਤੇ ਪਹਿਲੀ ਤੜਾਈ ਵਾਸਤੇ 60 ਦਿਨ ਇਹ ਇਹ ਤਕਰੀਬਨ ਲੈਂਦਾ ਆਮ ਤੌਰ ਤੇ ਜਿਹੜੇ ਕਿਸਾਨ ਵੀਰ ਇਹਨੂੰ ਜਿਹੜੇ ਕਮਰਸ਼ੀਅਲ ਤੌਰ ਤੇ ਕਰਦੇ ਹੋ ਗ੍ਰੀਨ ਹਾਊਸ ਦੇ ਵਿੱਚ ਜਿਹੜੇ ਹੈਗੇ ਆ ਆਫ ਸੀਜ਼ਨ ਵੀ ਖੀਰਾ ਤਿਆਰ ਕਰ ਲੈਂਦੇ ਆ ਸੋ ਉਹਦੇ ਵਿੱਚ ਜਿਹੜਾ ਹੈਗਾ ਮੌਸਮ ਅਨੁਕੂਲ ਬਣਾ ਕੇ ਉਹ ਜਿਹੜਾ ਹੈਗਾ ਆਫ ਸੀਜ਼ਨ ਤਿਆਰ ਕਰ ਲੈਂਦੇ ਪਰ ਇਹਦਾ ਸਹੀ ਸਮਾਂ ਫਰਵਰੀ ਮਾਰਚ ਹੈ ਇਸ ਤੋਂ ਅੱਗੇ ਹੈ ਕਿਸਾਨ ਵੀਰ ਉਤਾਰ ਇਹ ਵੀ ਜਿਹੜੀ ਹੈਗੀ ਸਲਾਦ ਵਾਸਤੇ ਬਹੁਤ ਜ਼ਿਆਦਾ ਵਰਤੀ ਜਾਂਦੀ ਹੈਗੀ ਆ ਇਹ ਵੀ ਆਪਾਂ ਫਰਵਰੀ ਮਾਰਚ ਦੇ ਮਹੀਨੇ ਦੀ ਬਿਜਾਈ ਕਰ ਸਕਦੇ ਆ ਤੇ ਤੜਾਈ ਵਾਸਤੇ ਐਵਰੇਜ ਜਿਹੜੀ ਹੈਗੀ ਐ ਇਹਦੀ 60 ਦਿਨ ਬਾਅਦ ਜਿਹੜੀ ਹੈਗੀ ਐ ਫਸਲ ਪਹਿਲੀ ਤੜਾਈ ਵਾਸਤੇ ਇਹ ਤਿਆਰ ਹੋ ਜਾਂਦੀ ਹੈਗੀ ਐ ਇਹ ਤੋਂ ਅੱਗੇ ਹੈ ਕਿਸਾਨ ਵੀਰੋਂ ਟਿੰਡਾ ਟਿੰਡੇ ਨੂੰ ਕਈ ਥਾਵਾਂ ਤੇ ਜਿਹੜਾ ਹੈਗਾ ਖਾਸ ਕਰਕੇ ਮਾਲਵੇ ਦੇ ਏਰੀਏ ਦੇ ਵਿੱਚ ਜਿਹੜਾ ਹੈਗਾ ਇਹਨੂੰ ਟਿੰਡੋ ਕਿਹਾ ਜਾਂਦਾ ਹੈਗਾ ਆਮ ਤੌਰ ਤੇ ਜਿਹੜੀ ਹੈਗੀ ਇਹਨੂੰ ਟਿੰਡਾ ਕਹਿੰਦੇ ਆ ਇਹ ਵੀ ਜਿਹੜੀ ਹੈਗੀ ਐ ਫਰਵਰੀ ਮਾਰਚ ਦੇ ਮਹੀਨੇ ਦੀ ਬਿਜਾਈ ਕੀਤੀ ਜਾਂਦੀ ਹੈ ਤੇ 50 ਤੋਂ 55 ਦਿਨ ਤੇ ਜਿਹੜਾ ਹੈਗਾ ਪਹਿਲੀ ਤੜਾਈ ਵਾਸਤੇ ਇਹ ਫਸਲ ਤਿਆਰ ਹੋ ਜਾਂਦੀ ਹੈ ਇਸ ਤੋਂ ਅੱਗੇ ਹੈ ਕਿਸਾਨ ਵੀਰੋ ਵੰਗਾ ਵੰਗਾ ਜਿਹੜਾ ਹੈਗਾ ਆਮ ਤੌਰ ਤੇ ਸਲਾਦ ਵਾਸਤੇ ਵਰਤਿਆ ਜਾਂਦਾ ਬਹੁਤੇ ਕਿਸਾਨ ਵੀਰੇ ਨੂੰ ਨਹੀਂ ਜਾਣਦੇ ਹੈਗੇ ਇਹ ਵੀ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੋ ਦੀ ਵੈਰੈਟੀ ਕੱਢੀ ਗਈ ਸੀ ਫਰਵਰੀ ਮਾਰਚ ਦੇ ਮਹੀਨੇ ਦੀ ਬਜਾਈ ਹੁੰਦੀ ਹੈ 80-85 ਦਿਨ ਤੱਕ ਤੜਾਉਣ ਤੜਾਈ ਵਾਸਤੇ ਤਿਆਰ ਹੋ ਜਾਂਦਾ ਇਸ ਤੋਂ ਅੱਗੇ ਹੈ ਕਿਸਾਨ ਵੀਰੋ ਜਿਹੜੀ ਟਮਾਟਰ ਦੀ ਫਸਲ ਹੈ ਟਮਾਟਰ ਦੀ ਫਸਲ ਦਾ ਜਿਹੜਾ ਹੈਗਾ ਸਹੀ ਸਮਾਂ ਅਕਤੂਬਰ ਨਵੰਬਰ ਦੇ ਵਿੱਚ ਆਪਾਂ ਜਿਹੜੀ ਪਨੀਰੀ ਇਹਦੀ ਬੀਜ ਕੇ ਨਵੰਬਰ ਦਸੰਬਰ ਚ ਇਹਦੀ ਜਿਹੜੇ ਹੈਗੇ ਆ ਬੂਟੇ ਪੁੱਟ ਕੇ ਲਾ ਸਕਦੇ ਆ ਪਰ ਇਹ ਤੋਂ ਅੱਗੇ ਜਿਹੜਾ ਹੈਗਾ ਨਵੰਬਰ ਦੇ ਵਿੱਚ ਵੀ ਆਪਾਂ ਜਿਹੜਾ ਨਵੰਬਰ ਦੇ ਐਂਡ ਵਿੱਚ ਵੀ ਪਨੀਰੀ ਆਪਾਂ ਬੀ ਸਕਦੇ ਆ ਤੇ ਠੰਡ ਦਰਾਨੇ ਦੇ ਉੱਤੇ ਜਿਹੜਾ ਹੈਗਾ ਸ਼ੌਰਾ ਕਰਕੇ ਉਹਨੂੰ ਬਚਾ ਕੇ ਤੇ ਇਹਦੀ ਆਪਾਂ ਜਿਹੜੀ ਹੈਗੀ ਫਰਵਰੀ ਦੇ ਵਿੱਚ ਜਿਹੜੀ ਹੈਗੀ ਇਹ ਪਨੀਰੀ ਦੀ ਲਵਾਈ ਕਰ ਸਕਦੇ ਆ ਪਰ ਫਰਵਰੀ ਦੇ ਵਿੱਚ ਜੇ ਆਪਾਂ ਲਵਾਈ ਜਿਹੜੀ ਕਰਦੇ ਆ ਟਮਾਟਰ ਦੀ ਫਸਲ ਦੀ ਉਹਦਾ ਜਿਹੜਾ ਹੈਗਾ ਝਾੜ ਆ ਉਹ ਜਿਹੜਾ ਹੈਗਾ ਨਵੰਬਰ ਦਸੰਬਰ ਵਾਲੀ ਫਸਲ ਨਾਲ ਉਹ ਘਟ ਹੁੰਦਾ ਇਸ ਤੋਂ ਅੱਗੇ ਕਿਸਾਨ ਵੀਰੋ ਬੈਂਗਣ ਦੀ ਫਸਲ ਇਹ ਬੈਂਗਣ ਦੀ ਆਪਾਂ ਸਾਲ ਦੇ ਵਿੱਚ ਚਾਰ ਫਸਲਾਂ ਲੈ ਸਕਦੇ ਹਾਂ ਕਿਸਾਨ ਵੀਰੋ ਤੇ ਹੁਣ ਜਿਹੜਾ ਹੈਗਾ ਫਰਵਰੀ ਮਾਰਚ ਦੇ ਵਿੱਚ ਇਹਦੀ ਜਿਹੜੀ ਹੈਗੀ ਪਨੀਰੀ ਬੀਜਣ ਦਾ ਸਹੀ ਸਮਾਂ ਹੈ ਤੇ ਅਪ੍ਰੈਲ ਮਹੀਨੇ ਦੇ ਵਿੱਚ ਆਪਾਂ ਜਿਹੜੀ ਪੁੱਟ ਕੇ ਪਨੀਰੀ ਇਹਦੀ ਖੇਤਾਂ ਦੇ ਵਿੱਚ ਲਾ ਸਕਦੇ ਹੈਗੇ ਆ ਬੈਂਗਣ ਦੀ ਫਸਲ ਦੀ ਇਸ ਤੋਂ ਅੱਗੇ ਹੈ ਕਿਸਾਨ ਵੀਰੋ ਮਿਰਚਾਂ ਮਿਰਚਾਂ ਜਿਹੜੀਆਂ ਹੈਗੀਆਂ ਨਵੰਬਰ ਤੱਕ ਆਪਾਂ ਇਹਦੀ ਜਿਹੜੀ ਪਨੀਰੀ ਬੀਜ ਕੇ ਫਰਵਰੀ ਮਾਰਚ ਦੇ ਵਿੱਚ ਆਪਾਂ ਖੇਤ ਦੇ ਵਿੱਚ ਲਾ ਸਕਦੇ ਹਾਂ ਕਿਸਾਨ ਵੀਰੋ ਜੇ ਆਪਾਂ ਹੁਣ ਕਈ ਕਿਸਾਨ ਵੀਰਾਂ ਨੇ ਜਿਹੜੀ ਹੈਗੀ ਪਨੀਰੀ ਆਪ ਨਹੀਂ ਵੇਚਦੇ ਉਹ ਆਪਾਂ ਮੁੱਲ ਵੀ ਜਿਹੜੇ ਹੈਗੇ ਕਿਸਾਨ ਵੀਰ ਕਈ ਕਿਸਾਨ ਵੀਰ ਹੈ ਜਿਹੜੇ ਉਹ ਪਨੀਰੀ ਦੀ ਲਵਾਈ ਕਰਕੇ ਪਨੀਰੀ ਵੇਚਦੇ ਆ ਉਹ ਵੀ ਆਪਾਂ ਮੁੱਲ ਲੈ ਕੇ ਵੀ ਲਾ ਸਕਦੇ ਹੈਗੇ ਆ ਜਿਹੜੀ ਫਰਵਰੀ ਮਾਰਚ ਦੇ ਵਿੱਚ ਵੀ ਆਪਾਂ ਜਿਹੜੀ ਹੈਗੀ ਹੁਣ ਵੀ ਇਹਦੀ ਪਨੀਰੀ ਲਾ ਕੇ ਤੇ ਇਹਨੂੰ ਆਪਾਂ ਅਖੀਰ ਅਪ੍ਰੈਲ ਤੱਕ ਪੱਟ ਕੇ ਵੀ ਜਿਹੜੀ ਹੈ ਮਿਰਚਾਂ ਦੀ ਫਸਲ ਆਪਾਂ ਅਪ੍ਰੈਲ ਦੇ ਵਿੱਚ ਵੀ ਲਾ ਸਕਦੇ ਹੈਗੇ ਜਿਹੜੇ ਕਿਸਾਨ ਵੀਰਾਂ ਨੇ ਜਿਹੜੀ ਨਵੰਬਰ ਚ ਪਨੀਰੀ ਨਹੀਂ ਬੀਜੀ ਕਿਉਂਕਿ ਨਵੰਬਰ ਵਾਲੀ ਜਿਹੜੀ ਫਰਵਰੀ ਮਾਰਚ ਚਲਾ ਸਕਦੇ ਆ ਤੇ ਫਰਵਰੀ ਮਾਰਚ ਦੇ ਵਿੱਚ ਜਿਹੜੀ ਆਪਾਂ ਪਨੀਰੀ ਬੀਜੀ ਆ ਉਹਦੀ ਲਵਾਈ ਆਪਾਂ ਅਪ੍ਰੈਲ ਦੇ ਅਖੀਰ ਤੱਕ ਜਿਹੜੀ ਹੈਗੀ ਹੈ ਮਿਰਚਾਂ ਦੀ ਲਵਾਈ ਕਰ ਸਕਦੇ ਆ ਤੇ ਜਿਹੜੀਆਂ ਹੈਗੀਆਂ ਉਹ ਸੀਜ਼ਨ ਦੇ ਵਿੱਚ ਆਪਾਂ ਮਿਰਚਾਂ ਦੀ ਫਸਲ ਲੈ ਸਕਦੇ ਆ ਇਸ ਤੋਂ ਅੱਗੇ ਹੈ ਕਿਸਾਨ ਵੀਰੋ ਸ਼ਿਮਲਾ ਮਿਰਚ ਦੀ ਫਸਲ ਹੈ ਸ਼ਿਮਲਾ ਮਿਰਚ ਦੀ ਫਸਲ ਵੀ ਜਿਹੜੀ ਹੈਗੀ ਹੈ ਪਨੀਰੀ ਆਪਾਂ ਜਿਹੜੀ ਅਕਤੂਬਰ ਦੇ ਅਖੀਰ ਵਿੱਚ ਇਹਦੀ ਬੀਜ ਸਕਦੇ ਆ ਕਿਉਂਕਿ ਪਨੀਰੀ ਦਾ ਸਮਾਂ ਤਾਂ ਲੰਘ ਚੁੱਕਿਆ ਹੈਗਾ ਇਸ ਲਈ ਜਿਹੜੀ ਪਨੀਰੀ ਜੇ ਜੇ ਕਿਸਾਨ ਵੀਰ ਕੋਈ ਘਰ ਵਾਸਤੇ ਬੀਜਣੀ ਚਾਹੁੰਦੇ ਉਹਦੀ ਪਨੀਰੀ ਆਪਾਂ ਮੁੱਲ ਲੈ ਕੇ ਪਰ ਜਿਹੜੇ ਜ਼ਿਆਦਾਤਰ ਕਿਸਾਨ ਵੀਰ ਆ ਜਿਹੜੇ ਕਮਰਸ਼ੀਅਲ ਤੌਰ ਤੇ ਦੀ ਜਿਹੜੀ ਲਵਾਈ ਕਰਦੇ ਆ ਉਹ ਗ੍ਰੀਨ ਹਾਊਸ ਦੇ ਵਿੱਚ ਜਿਹੜੀ ਸ਼ਿਮਲਾ ਮਿਰਚਾਂ ਵੱਖ-ਵੱਖ ਰੰਗਾਂ ਦੀਆਂ ਤਿਆਰ ਕਰਦੇ ਆ ਤੇ ਫਰਵਰੀ ਦੇ ਅੱਧ ਤੱਕ ਜਿਹੜੀ ਹੈਗੀ ਇਹਦੀ ਪਨੀਰੀ ਪੁੱਟ ਕੇ ਖੇਤਾਂ ਦੇ ਵਿੱਚ ਲਾਈ ਜਾ ਸਕਦੀ ਹੈ ਜਿਹਦੀ ਲਵਾਈ ਅਕਤੂਬਰ ਚ ਕੀਤੀ ਹੁੰਦੀ ਹੈ ਇਸ ਤੋਂ ਅਗੇ ਕਿਸਾਨ ਵੀਰੋ ਭਿੰਡੀ ਦੀ ਫਸਲ ਭਿੰਡੀ ਦੀ ਫਸਲ ਆ ਕਿਸਾਨ ਵੀਰੋ ਬਹਾਰ ਰੁੱਤ ਦੀ ਭਿੰਡੀ ਦੀ ਫਸਲ ਆ ਜਿਹੜੀ ਆਪਾਂ ਫਰਵਰੀ ਮਾਰਚ ਦੇ ਮਹੀਨੇ ਵੀ ਜਿਹੜੀ ਹੈਗੀ ਆ ਬਜਾਈ ਕਰ ਸਕਦੇ ਆ ਇਤੋਂ ਅੱਗੇ ਜਿਹੜੀ ਬਰਸਾਤਾਂ ਵਾਲੀ ਭਿੰਡੀ ਆ ਉਹ ਅੱਗੇ ਜਾ ਕੇ ਜਿਹੜੀ ਹੈਗੀ ਆ ਮਈ ਜੂਨ ਦੇ ਵਿੱਚ ਲੱਗਦੀ ਹੈਗੀ ਆ ਇਤੋਂ ਅੱਗੇ ਹੈ ਕਿਸਾਨ ਵੀਰੋ ਲੋਬੀਆ ਗਰਮੀ ਰੁੱਤ ਦੀ ਜਿਹੜੀ ਲੋਬੀਆ ਦੀ ਫਸਲ ਆ ਆਪਾਂ ਫਰਵਰੀ ਦੇ ਵਿੱਚ ਇਹਦੀ ਬਜਾਈ ਕਰ ਸਕਦੇ ਆ ਲੋਬੀਆ ਇੱਕ ਫਲੀਦਾਰ ਫਸਲ ਹੈ ਸੋ ਇਹ ਤੋਂ ਵੀ ਜਿਹੜੇ ਹੈ ਕਿਸਾਨ ਵੀਰ ਹੈ ਉਹ ਜਿਹੜੇ ਹੈਗੇ ਆ ਚੰਗਾ ਝਾੜ ਲੈ ਕੇ ਤੇ ਇਹ ਜਿਹੜਾ ਚੰਗਾ ਮੁਨਾਫਾ ਲੈ ਸਕਦੇ ਲੋਬੀ ਦੀ ਫਸਲ ਇਹ ਗਰਮੀ ਰੁੱਤ ਦੀ ਜਿਹੜੀ ਲੋਬੀ ਦੀ ਫਸਲ ਹੈ ਇਹ ਆਪਾਂ ਫਰਵਰੀ ਦੇ ਵਿੱਚ ਇਹਦੀ ਬਿਜਾਈ ਕਰ ਸਕਦੇ ਹਾਂ ਇਦੋਂ ਅੱਗੇ ਹੈ ਕਿਸਾਨ ਵੀਰੋ ਮੂਲੀ ਮੂਲੀ ਕਿਸਾਨ ਵੀਰੋ ਜਿਹੜੀ ਹੈਗੀ ਹੈ ਇਹਦੀਆਂ ਅਜੇ ਹੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੋਕਾਂ ਕੇ ਸਾਰਾ ਸਾਲ ਆਪਾਂ ਜਿਹੜੀ ਹੈਗੀ ਹੈ ਮੂਲੀਆਂ ਦੀ ਪੈਦਾਵਾਰ ਕਰ ਸਕਦੇ ਹਾਂ ਤੇ ਜੇ ਆਪਾਂ ਹੁਣ ਜਨਵਰੀ ਫਰਵਰੀ ਦੇ ਵਿੱਚ ਜਿਹੜੀ ਬਿਜਾਈ ਕਰਨੀ ਹੈ ਉਹ ਪੂਸਾ ਹਮਾਨੀ ਕਿਸਮ ਦੀ ਬਿਜਾਈ ਆਪਾਂ ਜਨਵਰੀ ਫਰਵਰੀ ਦੇ ਵਿੱਚ ਜਿਹੜੀ ਕਰ ਸਕਦੇ ਹਾਂ ਤੇ ਫਰਵਰੀ ਤੋਂ ਲੈ ਕੇ ਅਪ੍ਰੈਲ ਤੱਕ ਜਿਹੜੀ ਹੈਗੀ ਮੂਲੀ ਉਹ ਪੂਰੀ ਬਣ ਕੇ ਤਿਆਰ ਹੋ ਜਾਂਦੀ ਹੈ ਇਸ ਤੋਂ ਇਲਾਵਾ ਕਿਸਾਨ ਵੀਰੋਂ ਆਪਾਂ ਅਰਬੀ ਜਿਹੜੀ ਹੈਗੀ ਆ ਅਰਬੀ ਦੀ ਬਿਜਾਈ ਵੀ ਆਪਾਂ ਫਰਵਰੀ ਦੇ ਪਹਿਲੇ 15ਵਾਰੇ ਵਿੱਚ ਕਰਕੇ ਜਿਹੜੀ ਹੈਗੀ ਚੰਗੀ ਜਿਹੜੀ ਫਸਲ ਲੈ ਸਕਦੇ ਆ ਆਮ ਤੌਰ ਤੇ ਜਿਹੜੀ ਜ਼ਿਆਦਾ ਹੈਗੀ ਆ ਰੂੜੀ ਦੀ ਜਿਹੜੀ ਹੈਗੀ ਹੈ ਖਾਦ ਆ ਉਸ ਖੇਤ ਦੇ ਵਿੱਚ ਜਿਆਦਾ ਆਪਾਂ ਨੂੰ ਜ਼ਰੂਰਤ ਹੁੰਦੀ ਜਿੱਥੇ ਆਪਾਂ ਅਰਬੀ ਦੀ ਜਿਹੜੀ ਹੈਗੀ ਬਿਜਾਈ ਕਰਨੀ ਹੈ ਤੇ ਜੇ ਸ਼ਾਨਦਾਰ ਜਿੱਥੇ ਖੇਤ ਨੇ ਆਮ ਤੌਰ ਤੇ ਜਿਹੜੇ ਹੈਗੇ ਜਿੱਥੇ ਕਿਤੇ ਪੌਪੂਲਰ ਕਿਸਾਨ ਵੀਰਾਂ ਨੇ ਜਾਂ ਹੋਰ ਜਿਹੜੇ ਦਰਖਤ ਲਾਏ ਹੁੰਦੇ ਉੱਥੇ ਜਿਹੜੀ ਹੈਗੀ ਅਰਬੀ ਦੀ ਚੰਗੀ ਫਸਲ ਜਿਹੜੇ ਕਿਸਾਨ ਵੀਰ ਲੈਂਦੇ ਆ ਇਹ ਦੋ ਲਾਵਾ ਸ਼ਕਰਕੰਦੀ ਦੀ ਪਨੀਰੀ ਬੀਜਣ ਵਾਸਤੇ ਵੀ ਜਨਵਰੀ ਤੋਂ ਫਰਵਰੀ ਦਾ ਸਮਾਂ ਟੁਕਮਾ ਤੇ ਅਪ੍ਰੈਲ ਦੇ ਵਿੱਚ ਅਪ੍ਰੈਲ ਤੋਂ ਲੈ ਕੇ ਜੁਲਾਈ ਤੱਕ ਆਪਾਂ ਸ਼ਕਰਕੰਦੀ ਜਿਹੜੀ ਲਾ ਸਕਦੇ ਹੈਗੇ ਆ ਆਮ ਤੌਰ ਤੇ ਕਿਸਾਨ ਵੀਰ ਇਹਦੀ ਕੰਟਰੈਕਟ ਫਾਰਮਿੰਗ ਜਿਹੜੀ ਸ਼ਕਰਕੰਦੀ ਦੀ ਕਰ ਰਹੇ ਆ ਸੋ ਇਹ ਕਿਸਾਨ ਵੀਰੋ ਜਿਹੜੀਆਂ ਸਬਜ਼ੀਆਂ ਦੀਆਂ ਤੁਹਾਨੂੰ ਮੈਂ ਨਾਂ ਦੱਸੇ ਡਿਟੇਲ ਇਹਦੀ ਆਪਾਂ ਕੱਲੀ-ਕੱਲੀ ਕਰਕੇ ਜਿਵੇਂ ਜਿਵੇਂ ਕਿਸਾਨ ਵੀਰਾਂ ਦੇ ਕੋਈ ਸਵਾਲ ਆਉਣਗੇ ਕੱਲੀ-ਕੱਲੀ ਉਹਦਾ ਬੀਜ ਕਿਸਮਾਂ ਤੇ ਮਤਲਬ ਕਿੰਨੀ ਦੂਰੀ ਤੇ ਜਿਹੜੀਆਂ ਕਤਾਰਾਂ ਦੇ ਵਿੱਚ ਆਪਾਂ ਇਹਦੀ ਜਿਹੜੀਆਂ ਸਬਜ਼ੀਆਂ ਬੀ ਸਕਦੇ ਵੱਖ-ਵੱਖ ਜਿਹੜੀਆਂ ਵੀਡੀਓ ਆਪਾਂ ਇਹ ਜਾਣਕਾਰੀ ਸਾਂਝੀ ਕਰਾਂਗੇ ਜાં ਆਪਾਂ ਜਿਹੜੀਆਂ ਹੈ ਖਾਦਾਂ ਇਹਨਾਂ ਨੂੰ ਕਿਹੜੀਆਂ-ਕਿਹੜੀਆਂ ਤੇ ਕਦੋਂ-ਕਦੋਂ ਪਾ ਸਕਦੇ ਆ। ਸੋ ਇਸ ਵੀਡੀਓ ਰਾਹੀਂ ਮੇਰਾ ਮਕਸਦ ਸੀ ਤੁਹਾਨੂੰ ਦੱਸਣਾ ਕਿ ਕਿਉਂਕਿ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਸੀ ਕਿ ਆਪਾਂ ਹੁਣ ਜਿਹੜੇ ਹੈ ਜਨਵਰੀ, ਫਰਵਰੀ, ਮਾਰਚ ਦੇ ਵਿੱਚ ਕਿਹੜੀਆਂ ਸਬਜ਼ੀਆਂ ਲਾ ਸਕਦੇ ਆ। ਸੋ ਇਸ ਤੋਂ ਇਲਾਵਾ ਤੁਹਾਡਾ ਹੋਰ ਕੋਈ ਸਵਾਲ ਹੋਵੇ, ਸੁਝਾਅ ਹੋਵੇ ਤਾਂ ਜਰੂਰ ਥੱਲੇ ਕਮੈਂਟਾਂ ਦੇ ਵਿੱਚ ਦੱਸਿਓ। ਵੱਖਰੀ-ਵੱਖਰੀ ਸਬਜ਼ੀ ਦੀ ਕਾਜ ਤੋਂ ਵਾਸਤੇ ਆਪਾਂ ਵੱਖਰੀਆਂ ਵੀਡੀਓ ਪਾਵਾਂਗੇ। ਤੁਹਾਡਾ ਬਹੁਤ-ਬਹੁਤ ਧੰਨਵਾਦ।